ਸਟੰਟਮੈਨ ਆ ਹਾਂਜੀ ਤੇ ਪ੍ਰੋਫੈਸ਼ਨਲ ਆ ਸਾਡਾ ਕੰਮ ਮੈਂ ਇੰਡੀਆ ਦਾ ਫਾਸਟ ਸਪੀਡ ਸਟੰਟਮੈਨ ਆ ਜੀ ਮੈਂ ਕੋਈ ਉਹ ਟੈਂਪਰੇਰੀ ਜਿਹਾ ਕਲਾਕਾਰ ਨਹੀਂ ਹਾਂ ਸਰ ਕਰਦੇ ਰਹਿੰਦੇ ਜਿਵੇਂ ਕਿਲਾ ਰਾਏਪੁਰ ਦੀਆਂ ਗੇਮਾਂ ਹੋ ਗਈਆਂ ਮਿੰਨੀ ਓਲੰਪਿਕ ਹੋ ਗਏ ਤੇ ਇੰਡੀਆ ਦੇ ਬਹੁਤ ਥਾਵਾਂ ਤੇ ਕਰਦੇ ਰਹਿੰਦੇ ਆ ਤੇ ਮੈਨੂੰ ਜਦੋਂ ਇਹਨਾਂ ਨੇ ਇੰਡੀਕੇਸ਼ਨ ਜੀ ਕੀਤੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਉਹ ਤਾਂ ਰੋਡ ਵੀ ਠੀਕ ਸੀਗੀ ਥੋੜ੍ਹੀ ਖਾਲੀ ਹੋ ਸੀ ਤੇ ਮੈਨੇ ਸਟੰਟ ਵਗੈਰਾ ਕਰਤੇ ਤੇ ਮੈਂ ਜੌਬ ਨਹੀਂ ਕੋਈ ਕਰਦਾ ਕਿਸੇ ਦਾ ਸੇਫਟੀ ਸਾਨੂੰ ਉਲਟਾ ਮੈਨੂੰ ਕਰਨੀ ਪੈਂਦੀ ਹੈ ਕਈ ਵਾਰੀ ਜੇ ਕੋਈ ਹੋਰ ਸਟੰਟਮੈਨ ਜਿਵੇਂ ਕਰਦੇ ਨੇ ਪਹਿਲਾਂ ਮੈਂ ਸੁਣਿਆ ਸੀਗਾ ਕਿ ਕੋਈ ਸਟੰਟਮੈਨ ਮਰ ਗਿਆ ਆਉਂਦਾ ਹੁੰਦਾ ਨਹੀਂ ਕੱਚੀ ਜੀ ਟ੍ਰੇਨਿੰਗ ਜੀ ਲੈ ਕੇ ਮਤਲਬ ਟ੍ਰੇਨਿੰਗ ਵੀ ਨਹੀਂ ਲੈਂਦੇ ਕਿਸੇ ਤੋਂ ਕੋਈ ਸ਼ੁਰੂ ਕਰ ਦਿੰਦੇ ਨੇ ਸੜਕਾਂ ਦੇ ਉੱਤੇ ਆ ਕੇ ਬਾਅਦ 'ਚ ਗਿਰ ਗੁਰ ਜਾਂਦੇ ਨੇ ਸੱਟਾਂ ਖਾਂਦੇ ਨੇ ਉਹਦੇ ਵਿੱਚ ਸਾਡੇ ਵਰਗੇ ਇੱਕ ਨਾਮੀ ਬੰਦੇ ਦੀ ਵੀ ਨਾਮ ਖਰਾਬ ਹੁੰਦਾ ਤੋ ਮੈਂ ਜਿਹੜੇ ਸਾਡੇ ਸਟੰਟਮੈਨ ਭਰਾ ਹੋਰ ਵੀ ਨੇ ਸਾਡਾ ਕੋਈ ਇਹ ਨਹੀਂ ਵੀ ਅਸੀਂ ਸੜਕਾਂ ਦੇ ਉੱਤੇ ਸਟੰਟ ਕਰਦੇ ਫਿਰਦੇ ਹਾਂ ਮੈਂ ਤਾਂ ਆਪਣਾ ਕੰਮ ਕਰਦਾ ਆਪਣਾ ਕੰਮ ਕਰਨ ਜਾ ਰਿਹਾ ਮੈਂ ਤਾਂ ਅਤੇ ਵਰਨਾ ਮੈਂ ਇਸ ਤਰ੍ਹਾਂ ਦੇ ਭਰਾਵਾਂ ਨੂੰ ਕਹੂੰਗਾ ਕਿ ਦੋਸਤੋ ਠੀਕ ਹੈ ਵੀ ਇਹ ਕਲਾ ਵੀ ਕਿਸੇ ਨੂੰ ਰੱਬ ਨੇ ਦਿੱਤੀ ਹੁੰਦੀ ਹੈ ਅਤੇ ਉੱਥੇ ਕਰੋ ਜਿੱਥੇ ਕੁ ਠੀਕ ਹੈ ਜੇ ਖਾਲੀ ਰੋਡ ਹੈ ਕੋਈ ਡਰ ਨਹੀਂ ਹੁੰਦਾ ਐਸੀ ਕੋਈ ਚੱਕਰ ਨਹੀਂ ਹੈ ਪਰ ਐਸਾ ਨਾ ਕਰੋ ਜੇ ਤੁਹਾਨੂੰ ਆਉਂਦਾ ਹੀ ਨਹੀਂ ਹੈ ਫਿਰ ਤੁਹਾਨੂੰ ਬਿਲਕੁਲ ਨਹੀਂ ਸਟੰਟ ਸਟੁੰਟ ਕਰਨਾ 25 ਸਾਲ ਹੋ ਗਏ ਸਟੰਟ ਕਰਦੇ ਨੂੰ ਮੈਂ ਕੋਈ ਕੱਚਾ ਪੀਲਾ ਜਿਹਾ ਕਲਾਕਾਰ ਨਹੀਂ ਹਾਂ ਫਿਰ ਨਵਾਂ ਨਹੀਂ ਉੱਠਿਆ ਅੱਜ ਮੇਰਾ ਨਾਮ ਰਵੀ ਪਟਿਆਲਾ ਹੈ ਯੂਟਿਊਬ 'ਤੇ ਸਰਚ ਮਾਰ ਲਿਓ ਅਤੇ ਤੂੰ ਕੋਈ ਕੱਚੇ ਜਿਹੇ ਕਲਾਕਾਰ ਨਹੀਂ ਹਾਂ ਮੈਂ ਨਹੀਂ ਜਿਹੜਾ ਮਰਜ਼ੀ ਆ ਜਾਵੇ ਉਰੇ ਜਿਵੇਂ ਹੁਣ ਗੇਮਾਂ ਹੁੰਦੀਆਂ ਨੇ ਗੇਮਾਂ ਦੇ ਵਿੱਚ ਸਾਨੂੰ ਬੁਲਾਉਂਦੇ ਨੇ ਵੱਖ ਵੱਖ ਥਾਵਾਂ ਦੇ ਉੱਤੇ ਅਤੇ ਉੱਥੇ ਹੁਣ ਅਸੀਂ ਆਪਣਾ ਮੋਟਰਸਾਈਕਲ ਨਹੀਂ ਲੈ ਕੇ ਆਉਂਦੇ ਉੱਥੇ ਫਿਰ ਉਹਨਾਂ ਦੇ ਆਪਣੇ ਮੋਟਰਸਾਈਕਲ ਹੁੰਦੇ ਨੇ ਅਤੇ ਜ਼ਿਆਦਾਤਰ ਐਂ ਹੁੰਦਾ ਵੀ ਬੋਟ ਕਰਕੇ ਵਧੀਆ ਲੱਗਦਾ ਅਤੇ ਇਹ ਹੁਣ ਮੈਨੇ ਇਹ ਰੱਖਿਆ ਹੋਇਆ ਮੋਟਰਸਾਈਕਲ ਕਿਉਂਕਿ ਕਹਿੰਦੇ ਨੇ ਬਾਹਰ ਸ਼ਾਨ ਆਦਤਾਂ ਜਾਂਦੀਆਂ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਅਤੇ ਸਟੰਟ ਕਰਨ ਦੀ ਹੁਣ ਆਦਤ ਪਈ ਹੋਈ ਆ ਹੁਣ ਇਹ ਮੋਟਰਸਾਈਕਲ ਇਹ ਮੈਂ ਕੰਮ ਕਰਨ ਲਈ ਰੱਖਿਆ ਦੇਖ ਲਓ ਇੱਧਰ ਜੀ ਮੋਟਰਸਾਈਕਲ ਇਹਦਾ ਆਪਣਾ ਰੁਜ਼ਗਾਰ ਲਈ ਹੈ ਮੇਰਾ ਅਤੇ ਸਟੰਟ ਸਟੁੰਟ ਲਈ ਨਹੀਂ ਹੈ ਪਰ ਇਹਦੇ ਲਈ ਕਰੀਦਾ ਕਿਉਂਕਿ ਹੁਣ ਮੇਰੀ ਰੂਟੀਨ ਬਣੀ ਹੋਈ ਹੈ ਅਤੇ ਮੈਂ ਪਿਛਲੇ 25 ਸਾਲਾਂ ਤੋਂ ਕਰਦਾ ਆ ਰਿਹਾ ਮੇਰਾ ਇੰਡੀਆ ਰਾਸ਼ਟਰੀ ਅਤੇ ਅੰਤਰਰਾਸ਼ਟਰੀ 6 ਕਿਤਾਬਾਂ ਦੇ ਵਿੱਚ ਮੇਰੇ ਰਿਕਾਰਡ ਦਰਜ ਨੇ ਪਹਿਲੀ ਵਾਰ ਮੇਰਾ ਰਿਕਾਰਡ ਲਿਮਕਾ ਬੁੱਕ ਆਫ ਰਿਕਾਰਡ ਦੇ ਵਿੱਚ ਦਰਜ ਹੋਇਆ ਸੀ 2 ਰਿਕਾਰਡ ਲਿਮਕਾ ਬੁੱਕ ਦੇ ਵਿੱਚ ਨੇ ਉਦੋਂ ਬਾਅਦ ਦੜਾਦੜ ਹੋਏ ਉਦੋਂ ਬਾਅਦ ਤੁਸੀਂ ਹਿਸਟਰੀ ਚੈਨਲ 'ਤੇ ਦੇਖਿਆ ਹੋਊਗਾ ਮੈਨੂੰ OMG ਮੇਰਾ ਇੰਡੀਆ ਡਿਸਕਵਰੀ ਚੈਨਲ 'ਤੇ ਦੇਖਿਆ ਹੋਊਗਾ ਬਥੇਰੇ ਚੈਨਲਾਂ ਦੇ ਉੱਤੇ ਪਰਮਾਤਮਾ ਦੀ ਮਿਹਰ ਨਾਲ ਮੈਂ ਆ ਚੁੱਕਿਆ ਦੋਸਤੋ ਮੈਨੂੰ ਚੰਗਾ ਲੱਗਦਾ